ਕੱਲੀ ਕੱਲੀ ਗੱਲ ਦੀਆਂ ਖੋਲ ਰਮਜਾਂ ਬੱਸਾਂ ਤੇ ਰੇਤਾਂ ਉੱਤੇ ਹੋਇਆ ਕਬਜ਼ਾ ਚੈਨਲਾਂ ਤੇ ਕੇਬਲਾਂ 'ਚ ਹਿੱਸੇਦਾਰੀ ਏ ਅਬਾਨੀਆਂ ਅਡਾਨੀਆਂ ਨਾ ਪੂਰੀ ਯਾਰੀ ਏ ਅਬਾਨੀਆਂ ਅਡਾਨੀਆਂ ਨਾ ਪੂਰੀ ਯਾਰੀ ਏ ਹੋਟਲ ਨਹੀਂ ਛੱਡੇ ਢਾਬੇ ਵੀ ਨਹੀਂ ਛੱਡੇ ਗੁਰੂ ਦੀਆਂ ਗੋਲਕਾਂ ਤੇ ਬਾਬੇ ਵੀ ਨਹੀਂ ਛੱਡੇ ਮਚਾਈ ਜਾਂਦੇ ਲੁੱਟਾਂ ਬਸ ਚਾਰ ਤੇ ਚਫੇਰੇ ਪੰਜ ਸਾਲ ਮੇਰੇ ਤੇ ਪੰਜ ਸਾਲ ਤੇਰੇ ਪੰਜ ਸਾਲ ਮੇਰੇ ਤੇ ਪੰਜ ਸਾਲ ਤੇਰੇ ਵਾਰ ਵਾਰ ਲੁੱਟਦੇ ਪੰਜਾਬ ਨੂੰ ਲੁਟੇਰੇ ਪੜ੍ਹੇ ਲਿਖਿਆਂ ਨੂੰ ਜੋ ਬੰਦੀਆਂ ਟੈਨਸ਼ਨਾਂ ਅਨਪੜ੍ਹ ਨੇਤਾ ਖਾਈ ਜਾਣ ਪੈਨਸ਼ਨਾਂ ਪੰਜਾਬ ਦਾ ਜਵਾਨ ਨਸ਼ਿਆਂ ਨੇ ਮਾਰਤਾ ਟੈਂਕੀਆਂ ਤੇ ਵੇਖੋ ਟੀਚਰਾਂ ਨੂੰ ਚਾੜਤਾ ਪੜ੍ਹਾਈ ਵੀ ਨਹੀਂ ਛੱਡੀ ਲਿਖਾਈ ਵੀ ਨਹੀਂ ਛੱਡੀ ਪੰਜਾਬੀ ਮਾਂ ਬੋਲੀ ਨੂੰ ਸਕੂਲੋਂ ਜਾਂਦੇ ਕੱਢੀ ਜਾਂਦੇ ਸਦਾਈ ਇਤਿਹਾਸ ਦੇ ਬਟੇਰੇ ਪੰਜ ਸਾਲ ਮੇਰੇ ਤੇ ਪੰਜ ਸਾਲ ਤੇਰੇ ਪੰਜ ਸਾਲ ਮੇਰੇ ਤੇ ਪੰਜ ਸਾਲ ਤੇਰੇ ਵਾਰ ਵਾਰ ਲੁੱਟਦੇ ਪੰਜਾਬ ਨੂੰ ਲਟੇਰੇ ਮੈਂ ਜਦੋਂ ਬਣਾਂਗਾ ਤੇ ਤੂੰ ਲੁੱਟ ਲਈ ਤੂੰ ਜਦੋਂ ਬਣੇਗਾ ਤੇ ਮੈਂ ਲੁੱਟਾਂਗਾ ਮੇਰੇ ਉੱਤੇ ਕੇਸ ਬਣੇਗਾ ਤੇ ਤੂੰ ਵੇਖ ਲਈ ਤੇਰੀ ਕਿਰਪਾ ਨਾ ਮੈਂ ਛੁੱਟਾਂਗਾ ਤੂੰ ਮੇਰੇ ਘਰ ਆਉਣਾ ਮੈਂ ਤੇਰੇ ਘਰ ਜਾਣਾ ਤੂੰ ਮੇਰੇ ਨਾਲ ਖਾਣਾ ਮੈਂ ਤੇਰੇ ਨਾਲ ਖਾਣਾ ਬੰਦਾ ਲੀਡਰਾਂ ਦੇ ਗੁਣ ਗਾਵੇ ਕਿਹੜੇ ਕਿਹੜੇ ਪੰਜ ਸਾਲ ਮੇਰੇ ਤੇ ਪੰਜ ਸਾਲ ਤੇਰੇ ਪੰਜ ਸਾਲ ਮੇਰੇ ਤੇ ਪੰਜ ਸਾਲ ਤੇਰੇ ਵਾਰ ਵਾਰ ਲੁੱਟਦੇ ਪੰਜਾਬ ਨੂੰ ਲਟੇਰੇ ਉਹ ਦਿੱਲੀ ਦੀਆਂ ਲਾਲਿਆਂ ਨੇ ਚੁੱਕ ਜਾਣਾ ਏ ਆਪਾਂ ਬਸ ਉਹਨਾਂ ਦੇ ਗੁਲਾਮ ਰਹਿਣਾ ਏ ਮਤ ਬੁੱਧੀ ਪਾਗਲ ਜਿਹਾ ਬੰਦਾ ਲੱਭ ਲਓ ਅਸਲੀ ਕਮਾਉਣ ਦਾ ਕੋਈ ਢੰਗ ਲੱਭ ਲਓ ਜੇ ਵਾਂਗ ਰਹਿਣਾ ਏ ਅਮੀਰਾਂ ਤੇ ਵੇਚ ਦਿਓ ਜ਼ਮੀਰਾਂ ਵੱਖ ਵੱਖ ਅਹੁਦਿਆਂ ਤੇ ਬਣ ਜਾਓ ਵਜ਼ੀਰਾਂ ਭੇਸੀਆਂ ਤੇ ਪੱਗਾਂ ਵਿੱਚ ਵੱਖਰੇ ਨੇ ਚਿਹਰੇ ਪੰਜ ਸਾਲ ਮੇਰੇ ਤੇ ਪੰਜ ਸਾਲ ਤੇਰੇ ਪੰਜ ਸਾਲ ਮੇਰੇ ਤੇ ਪੰਜ ਸਾਲ ਤੇਰੇ ਵਾਰ ਵਾਰ ਲੁੱਟਦੇ ਪੰਜਾਬ ਨੂੰ ਲਟੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੂਰ ਦੁਰਾਡੇ ਤੋਂ ਕਿਸਾਨ ਸ਼ੰਭੂ ਬਾਰਡਰਾਂ ਤੇ ਇਕੱਠੇ ਹੋ ਰਹੇ ਨੇ, ਪੰਜਾਬ ਦੇ ਵੱਖ ਵੱਖ ਕੋਨਿਆਂ ਤੋਂ ਇੱਥੇ ਇਕੱਠੇ ਹੋਣਾ ਸ਼ੁਰੂ ਹੋ ਚੁੱਕੇ ਨੇ। ਗੱਲਬਾਤ ਕਰਦੇ ਕੁਛ ਕਿਸਾਨ ਆਗੂ ਤੇ ਕੁਛ ਕਿਸਾਨ ਲੀਡਰ ਮੌਜੂਦ ਨੇ, ਗੱਲਬਾਤ ਕਰਦੇ ਆ। ਬਾਈ ਕੀ ਨਾਮ ਆਪੂ ਜੀ ਆਪਣੇ? ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਆਗੂ ਧੰਨਾ ਸਿੰਘ ਲਾਲ ਨੂੰ ਘੁੰਮਣ ਜ਼ਿਲ੍ਹਾ ਤਰਨ ਤਾਰਨ ਤੋਂ ਆਏ ਹੋ, ਅੱਜ ਕੀ ਮਕਸਦ ਰਿਹਾ? ਪਹਿਲਾਂ ਤਾਂ ਉਹਨਾਂ ਬਾਰੇ ਜਾਣਕਾਰੀ ਲੈ ਲਈਏ ਕਿ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਇੱਥੇ ਇਕੱਠੇ ਹੋਏ ਹੋ ਜਾਂ ਕੋਈ ਹੋਰ ਇਸ ਤੋਂ ਇਲਾਵਾ ਕੋਈ ਮਕਸਦ? ਵੇਖੋ ਜੀ, ਇਹ ਸਾਡਾ ਮਕਸਦ ਜਿਹੜਾ ਵਾ, ਸਾਡਾ ਮਕਸਦ ਇੱਕੋ ਹੀ ਆ ਵੀ ਕਿਸਾਨੀ ਮੰਗਾਂ ਨੂੰ ਲੈ ਕੇ ਅਸੀਂ ਇੱਥੇ ਆਏ ਹਾਂ। ਕਿਸਾਨਾਂ ਦੀਆਂ ਜਿੰਨੀਆਂ ਵੀ ਜਨਸਾਂ ਵਾ ਉਹਨਾਂ ਦੇ ਲਾਹੇਵੰਦ ਭਾਅ ਦਿੱਤੇ ਜਾਣ, ਉਹਨਾਂ ਨੂੰ 50% ਮੁਨਾਫਾ ਜੋੜ ਕੇ ਅਤੇ ਸਾਨੂੰ ਦਿੱਤਾ ਜਾਵੇ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਉਣ ਵਾਸਤੇ ਆਏ ਹਾਂ, ਇਹੋ ਸਾਡਾ ਮਕਸਦ ਆ, ਹੋਰ ਸਾਡਾ ਕੋਈ ਮਨਸ਼ਾ ਨਹੀਂ ਸਾਡੀ। ਲਗਾਤਾਰ ਪਥਰਾਵਬਾਜ਼ੀ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ। ਹਰਿਆਣਾ ਬਾਰਡਰ 'ਤੇ ਤੁਸੀਂ ਦਿੱਲੀ ਅੰਦੋਲਨ ਕਰ ਜਾਣਾ, ਹਰਿਆਣਾ ਬਾਰਡਰ 'ਤੇ ਪਹਿਲਾਂ ਰੋਕ ਦਿੱਤਾ ਗਿਆ, ਰੋਜ਼ ਕੋਈ ਨਾ ਕੋਈ ਆਸੂ ਗੈਸ ਦਾ ਗੋਲਾ ਦਾਗ ਦਿੰਦੇ ਆ, ਕਦੇ ਜਿਹੜੇ ਪਲਾਸਟਿਕ ਦੀ ਬੁਲੇਟਸ ਫਾਇਰ ਕਰ ਰਿਹਾ, ਇੱਕ ਕਿਸਾਨ ਵੀ ਡੈਥ ਹੋ ਗਈ, ਇਹਦੀ ਕੱਲ੍ਹ ਮੌਤ ਹੋ ਗਈ, ਇਸ ਦੇ ਵਿੱਚ ਕੀ ਕਹੋਗੇ? ਵੇਖੋ, ਜਿਹੜੀਆਂ ਸਰਕਾਰਾਂ ਵਾ ਉਹਨਾਂ ਆਪਣਾ ਕੰਮ ਕਰਨਾ ਵਾ, ਅਸੀਂ ਆਪਣੀ ਸੋਚ ਦੇ ਨਾਲ ਚੱਲਣਾ ਵਾ। ਜਿਹੜੇ ਪੱਥਰਬਾਜ਼ ਆ ਉਹ ਸਰਕਾਰ ਦੇ ਭੇਜੇ ਹੋਏ ਬੰਦੇ ਆ, ਉਹ ਪੱਥਰ ਮਾਰਦੇ ਆ, ਸਾਡਾ ਕਿਸਾਨ ਕੋਈ ਉਲੜਬਾਜ਼ੀ ਨਹੀਂ ਕਰਦਾ। ਅਸੀਂ ਸ਼ਾਂਤਮਈ ਹਾਂ, ਸ਼ਾਂਤਮਈ ਰਹਾਂਗੇ ਅਤੇ ਸ਼ਾਂਤਮਈ ਸਾਡਾ ਅੰਦੋਲਨ ਆ, ਸਾਡਾ ਕੋਈ ਉਲੜਬਾਜ਼ੀ ਵਾਲਾ ਅੰਦੋਲਨ ਨਹੀਂ ਗਾ। ਸਾਡਾ ਝੰਡਾ ਅਤੇ ਡੰਡਾ ਸਾਡਾ ਨਿਸ਼ਾਨ ਵਾਸਤੇ ਆ, ਇਹ ਨਾ ਕਿ ਕਿਸੇ ਮਨ ਵਾਸਤੇ ਆ। ਅਸਲ ਸਾਡਾ ਨਿਸ਼ਾਨਾ ਵਾ ਵੀ ਸਰਕਾਰ ਜੇ ਗੱਲਬਾਤ ਕਰਦੀ ਆ ਅਤੇ ਗੱਲਬਾਤ ਦੇ ਨਾਲ ਜੇ ਗੱਲ ਜਿਹੜੀ ਆ ਉਹ ਨਿਪਰੇ ਚੜ੍ਹਨੀਆਂ, ਟੇਬਲ ਟੋਪ ਹੋ ਕੇ ਹੀ ਗੱਲ ਨਿਬੜਨੀਆਂ। ਸਾਡੀ ਕੋਈ ਗਲਤ ਮਨਸਾ ਨਹੀਂ ਵੀ ਕਿਸੇ ਨੂੰ ਰੋੜਾ ਮਾਰ ਗਿਆ, ਉਹ ਵੀ ਸਾਡੇ ਭਾਈ ਆ, ਉਹ ਵੀ ਸਾਡੇ ਪਰਿਵਾਰਾਂ ਦੇ ਵਿੱਚੋਂ ਆ, ਕੋਈ ਸਾਡਾ ਚਾਚਾ ਵਾ, ਸਾਡਾ ਕੋਈ ਪੋਤਿਆ, ਕੋਈ ਸਾਡਾ ਛੋਟਾ ਬੱਚਾ ਵਾ।
ਉਹਨਾਂ ਦੇ ਨਾਲ ਸਾਡੀ ਕੋਈ ਲੜਾਈ ਨਹੀਂ, ਉਹ ਵੀ ਰੋਟੀ ਬਦਲੇ ਖਲੋਤੇ ਆ ਤੇ ਅਸੀਂ ਵੀ ਆਪਣੀ ਥਾਲੀ ਦੇ ਵਿੱਚ ਜਿਹੜੀ ਸਾਡੀ ਰੋਟੀ ਖੋਈ ਜਾ ਰਹੀ ਆ ਉਹਦੇ ਬਦਲੇ ਲੜ ਰਹੇ ਹਾਂ। ਸਾਡਾ ਹੁਣ ਗਲਤ ਕੋਈ ਮਨਸ਼ਾ ਨਹੀਂ ਗੀ ਵੀ ਅਸੀਂ ਇੱਕ ਦੂਜੇ ਦੇ ਉੱਤੇ ਜਿਹੜੀ ਆ ਪੱਥਰਬਾਜ਼ੀ ਕਰੀਏ। MSP ਦੀ ਮੰਗ ਇੰਨੀ ਜ਼ਰੂਰੀ ਕਿਉਂ ਸਮਝੀ ਜਾ ਰਹੀ ਹੈ? ਕਿਉਂਕਿ ਆਮ ਲੋਕਾਂ ਨੂੰ ਬਹੁਤ ਘੱਟ ਪਤਾ ਹੋਊਗਾ ਕਿਸਾਨੀ ਬਾਰੇ। MSP ਦੀ ਮੰਗ ਹਰ ਕਿਸਾਨ ਕਰ ਰਿਹਾ ਕਿ ਇਸ ਜਿਹੜੀ MSP ਦੀ ਗੱਲ ਆ, ਜਿਸ ਤਰ੍ਹਾਂ ਮੰਨ ਲਓ ਵੀ ਝੋਨੇ ਦੇ ਉੱਪਰ ਕਣਕ ਦੇ ਉੱਪਰ ਜਿਹੜਾ ਵਾ ਇਹ ਮਿਲ ਰਹੀ ਆ ਪੰਜਾਬ ਤੇ ਹਰਿਆਣੇ ਦੇ ਵਿੱਚ, ਜੇ ਦੋ ਮੰਨ ਲਓ 2200 ਰੁਪਇਆ ਰੇਟ ਕਣਕ ਦਾ, ਹੁਣ 2200 ਨੂੰ ਕਣਕ ਵਿਕਦੀ ਆ ਤੇ ਕਿਸਾਨ ਨੂੰ 2200 ਰੁਪਇਆ ਮਿਲ ਗਿਆ, ਜਿਹੜਾ ਖਪਤਕਾਰ ਆ ਜਿਹਨੇ ਖਾਣਾ ਵਾ ਆਟਾ ਉਹਨੂੰ ਵੱਧ ਤੋਂ ਵੱਧ 25 ਰੁਪਈਏ 26 ਰੁਪਈਏ ਆਟਾ ਜਿਹੜਾ ਉਹਨੂੰ ਮਿਲੂਗਾ, ਕੰਟਰੋਲ ਰਹੂਗਾ। ਜਿਹੜੀਆਂ ਚੀਜ਼ਾਂ ਦੇ MSP ਨਹੀਂ ਹੈਗੀ, ਜਿਸ ਤਰ੍ਹਾਂ ਮੰਨ ਲਓ ਝੋਨਾ ਵਾ ਜਿਹੜਾ ਮੋਟਾ ਝੋਨਾ ਉਹ 'ਤੇ MSP ਹੈਗੀ ਆ, ਉਹ ਚੌਲ ਕੰਟਰੋਲ ਰੇਟ 'ਤੇ ਵੇਚ ਲਏ ਆ, 50-55 ਰੁਪਈਏ ਵੇਖ ਰਹੇ ਆ। ਜਿਹੜੀ ਸਾਡੀ ਬਾਸਮਤੀ ਮੰਨ ਲਓ ਕਿਸਾਨ ਦੀ ਅਸੀਂ ਵੇਚੀ ਆ, ਸਾਨੂੰ ਵੱਧ ਤੋਂ ਵੱਧ ਰੇਟ 5000 ਰੁਪਈਆ ਮਿਲਿਆ ਵਾ, ਉਹਦੇ ਵਿੱਚੋਂ 70 ਕਿਲੋ ਚੌਲ ਪੈਂਦੇ ਇੱਕ ਕੁਇੰਟਲ ਦੇ ਵਿੱਚੋਂ 70 ਕਿਲੋ ਚੌਲ, ਤੇ ਜਿਹੜਾ ਜਿਹਨੇ ਖਰੀਦਿਆ ਵਾ ਸਾਨੂੰ ਵਪਾਰੀ ਨੇ ਉਹ ਜਿਹੜੇ ਚੌਲ ਆ ਇੱਕ ਕਿਲੋ ਜਿਹੜਾ ਚੌਲ ਆ ਉਹ 150 ਤੋਂ 125 ਕਿਲੋ ਜਿਹੜਾ ਵੇਚ ਰਿਹਾ ਵਾ ਅਰਬਨ ਕੰਟਰੀਆਂ ਦੇ ਵਿੱਚ ਜਾ ਕੇ। ਜੇ ਉਹ 'ਤੇ MSP ਸਾਨੂੰ ਮਿਲ ਜੇ 5000 ਪੱਕਾ ਰੇਟ ਵੱਧ ਜਾਏ ਸਾਡਾ, ਤੇ ਵੱਧ ਤੋਂ ਵੱਧ ਜਿਹੜਾ ਵਾ ਖਪਤਕਾਰ ਆ ਉਹਨੂੰ 70-75 ਰੁਪਏ ਚੌਲ ਮਿਲ ਸਕਦੇ ਆ। ਇਹਦੇ ਨਾਲ ਕਿਸਾਨ ਨੂੰ ਤੇ ਜਿਹੜਾ ਵਾ ਉਹਦਾ ਸਹੀ ਬਾਜ਼ਾਰ ਦੇ ਵਿੱਚ ਮੰਡੀ ਮਿਲਣੀ ਆ, ਤੇ ਖਪਤਕਾਰ ਆ ਜਿਹੜਾ ਖਾਂਦਾ ਵਾ ਉਹਨੂੰ ਵੀ ਘੱਟ ਤੋਂ ਘੱਟ ਰੇਟ ਦੇ ਉੱਤੇ ਜਿਹੜਾ ਵਾ ਚੀਜ਼ ਮਿਲ ਪ੍ਰਾਪਤ ਹੋਊਗੀ ਮਿਲੂਗੀ, ਉਹਨੂੰ ਵੀ ਇਹਦੇ ਜਿਹੜਾ ਵਾ ਜ਼ਿਆਦਾ ਫਾਇਦਾ ਹੋਣਾ ਕਿਸਾਨ ਦੇ ਨਾਲੋਂ। ਮੰਨ ਲਓ ਗੰਢੇ ਆ, ਸਾਡੇ ਗੰਢੇ ਬਾਜ਼ਾਰ ਦੇ ਵਿੱਚ ਕਿਲਤਾਈ ਪਿਛਲੇ ਦਿਨਾਂ ਦੇ ਵਿੱਚ, ਗੰਢਾ ਜਿਹੜਾ 50 ਰੁਪਈਏ ਕਿਲੋ ਤੱਕ ਵਿਕਿਆ ਵਾ, ਜਿਹੜਾ ਸਾਡੇ ਕੋਲ 2 ਰੁਪਈਏ 5 ਰੁਪਈਏ ਤੋਂ ਵੱਧ ਨਹੀਂ ਖਰੀਦਿਆ ਗਿਆ, ਉਹ ਸਿਰਫ ਬਾਜ਼ਾਰ ਦੇ ਵਿੱਚ ਕਿਲਤ ਲਿਆਂਦੀ ਜਾਂਦੀ ਆ। ਜਦੋਂ ਡਾਨੀਆਂ ਬਾਨੀਆਂ ਕੋਲ ਜਾਂਦਾ ਵਾ ਵਪਾਰੀ ਖਰੀਦਦਾ ਵਾ ਉਹ ਸਟੋਰ ਕਰ ਲੈਂਦਾ ਸਾਰਾ ਕੁਝ, ਸਟੋਰ ਕਰਕੇ ਜਦੋਂ ਬਾਜ਼ਾਰ ਦੇ ਵਿੱਚ ਕਿਲਤ ਲਿਆਉਂਦਾ ਵਾ ਕਿਸਾਨ ਵੀ ਲੁੱਟਿਆ ਗਿਆ ਪੈਦਾਵਾਰ ਕਰ ਜਿਹੜਾ ਕਰਦਾ ਵਾ, ਤੇ ਜਿਹੜਾ ਇਹ ਵੇਲੇ ਖਪਤਕਾਰ ਆ ਖਪਤਕਾਰ ਜ਼ਿਆਦਾ ਵਾ ਬੀਜੇ ਨਾਲ ਕਿਸਾਨ ਥੋੜ੍ਹੇ ਆ, ਪਰ ਉਹ ਖਪਤਕਾਰ ਨੂੰ ਇੰਨੀ ਸਮਝ ਨਹੀਂ ਗੀ ਵੀ ਜੇ MSP ਜਿਹੜੀ ਆ ਸਾਰੀਆਂ ਸਾਨੂੰ ਖੇਤੀ ਜਿਣਸਾਂ ਦੇ ਉੱਤੇ ਮਿਲਦੀ ਆ ਤੇ ਖੇਤੀ ਜਿਣਸਾਂ ਦੇ ਉੱਤੇ ਮਿਲਦੀ ਆ ਸਾਨੂੰ MSP, ਤੇ ਖਪਤਕਾਰ ਨੂੰ ਉਹਦਾ ਜ਼ਿਆਦਾ ਫਾਇਦਾ ਹੋਊਗਾ। ਜਿੰਨੀਆਂ ਮੈਂ ਇਹ ਚੀਜ਼ਾਂ ਆਪਣੇ ਘਰੇਲੂ ਵਰਤਦੇ ਹਾਂ ਰਸੋਈ ਦੇ ਵਿੱਚ ਵਰਤਦੇ ਹਾਂ, ਆ ਇੱਕ ਅਸੀਂ ਉਦਾਹਰਨ ਦਿੰਦੇ ਹੁੰਦੇ ਹਾਂ ਵੀ ਗੈਸ ਸਿਲੰਡਰ 340 ਰੁਪਈਏ ਦਾ ਸੀ ਜੇ ਜਦੋਂ ਸਰਕਾਰ ਦਾ ਕੰਟਰੋਲ ਸੀ, ਇਹਨਾਂ ਨੇ ਸਿਲੰਡਰ ਮੁਕਤ ਵੰਡਿਆ ਕੰਟਰੋਲ ਮੁਕਤ ਕਰਤਾ, ਜਿਹੜਾ ਇਹ ਵੇਲੇ 1200 ਤੋਂ ਹੋ ਕੇ ਥੱਲੇ ਜਿਹੜਾ ਵਾ ਆਇਆ ਵਾ ਸਬਸਿਡੀ ਖਤਮ ਕਰਤੀ। ਜਿਹੜੀ ਚੀਜ਼ ਦੇ MSP ਗਰੰਟਡ ਕਾਨੂੰਨ ਬਣੂਗਾ, ਜਿਹੜੀ ਖੇਤੀ ਜਿਹੜੀ ਸਾਡੀ ਫਸਲ ਬੀਜਦਾ ਕਿਸਾਨ ਉਹਦੇ ਉੱਤੇ ਜਿਹੜਾ ਲਾਗਤ ਖਰਚਾ ਆਉਣਾ ਵਾ ਉਹਦੇ ਲਾਗਤ ਖਰਚੇ ਵਾਸਤੇ ਸਾਨੂੰ ਸਬਸਿਡੀ ਦੇਵੇ ਸਰਕਾਰ, ਟਰੈਕਟਰਾਂ ਦੇ ਸਬਸਿਡੀ ਦੇਵੇ, ਮੋਟਰਾਂ ਦੇ ਦੇਵੇ, ਬੀਜਾਂ ਦੇ ਸਬਸਿਡੀ ਦੇਵੇ, ਤੇ ਉਹਦੇ ਕੀਮਤ ਦੇ ਵਿੱਚ ਹੋਰ ਘੱਟ ਆ ਸਕਦਾ ਵਾ, ਤੇ ਖਪਤਕਾਰ ਵਾ ਜਿਹੜਾ ਉਹਨੂੰ ਵੀ ਹੋਰ ਚੀਜ਼ ਬਾਜ਼ਾਰ ਦੇ ਵਿੱਚ ਸੋਲੀ ਮਿਲ ਸਕਦੀ ਆ। ਲਗਾਤਾਰ ਬਾਗਬਾਨੀ ਨੂੰ ਲੈ ਕੇ ਵੀ ਮੰਗ ਕਰ ਰਹੇ ਕਿਸਾਨ, ਕਹਿੰਦਾ ਜੇ ਚੱਲ ਮੈਂ ਕਣਕ ਝੋਨੇ ਤੋਂ ਉੱਠ ਕੇ ਕੁਛ ਹੋਰ ਕਰ ਲਾਂ ਉਹਦਾ ਰੇਟ ਵੀ ਸਹੀ ਨਹੀਂ ਮਿਲ ਰਿਹਾ। ਹੁਣ ਜਿਵੇਂ ਮਾਲਵੇ ਦਾ ਕੁਛ ਇਲਾਕਾ ਜਿਹੜਾ ਕਿਨੂਆ ਦੀ ਖੇਤੀ ਲਈ ਜਾਣਿਆ ਜਾਂਦਾ ਬੋਰ ਬੈਲਟ ਆ, ਕਿਨੂ ਇੰਨੇ ਸਸਤੇ ਹੋ ਗਏ ਕਿ ਰਾਹਾਂ 'ਤੇ ਸੁੱਟਣੇ ਪੈ ਗਏ 5-5 ਰੁਪਏ ਕਿਲੋ, ਪਰ ਮਾਰਕੀਟ ਦੇ ਵਿੱਚ ਉਹੀ ਕਿਨੂ 50 ਰੁਪਏ ਕਿਲੋ ਵਿਕਿਆ, ਕਿ ਲੱਗਦਾ ਵਿਚਕਾਰ ਦਾ ਰੇਟ ਕੋਈ ਖਾ ਰਿਹਾ ਗਾ, 5-5 ਰੁਪਏ ਕਿਲੋ ਲੈ ਕੇ ਕਿਨੂ ਤੇ 50-50 ਵਿਕ ਰਹੇ ਨੇ, ਵਿਚਾਲੜਾ ਰੇਟ ਕੋਈ ਖਾ ਰਿਹਾ? ਵੇਖੋ ਇਹੋ ਗੱਲ ਆ ਗਈ ਆ, ਫਿਰ ਉਹ MSP ਦੇ ਉੱਤੇ ਗੱਲ ਆਉਂਦੀ ਆ। ਜੇ ਸਾਡੀ ਫੂਡ ਪ੍ਰੋਸੈਸਿੰਗ ਜਿਹੜੀ ਆ ਫਲ ਆ ਇਹਨਾਂ ਦਾ ਸਾਰੇ ਫਲਾਂ ਦਾ ਰੇਟ ਦਿੱਤਾ ਜਾਵੇ ਸਾਨੂੰ ਸਹੀ ਕੰਟਰੋਲ ਰੇਟ ਵੱਜੇ, ਲਾਗਤ ਖਰਚਾ ਪਾ ਕੇ
ਜੇ ਸਾਡੇ ਕੋਲ 10 ਰੁਪਏ ਖਰੀਦੇ ਆ 20 ਰੁਪਏ ਖਰੀਦੇ ਆ ਤੇ ਵੱਧ ਤੋਂ ਵੱਧ ਬਾਜ਼ਾਰ ਦੇ ਵਿੱਚ 25-30 ਰੁਪਏ ਵਿਕ ਸਕਦਾ, ਜਿਹੜਾ ਇਹ ਵੇਲੇ 300-300 ਨੂੰ ਕਿਲੋ ਜਿਹੜਾ ਵਾ ਗਾੜੀ ਫਰੂਟ ਵਿਕਣ ਡਿਆ, ਸੇਬ ਵਿਕਣ ਡਿਆ ਵਾ, ਸੰਤਰਾ ਵਾ, 2 ਰੁਪਏ ਖਰੀਦ ਕੇ 5 ਰੁਪਏ ਖਰੀਦ ਕੇ ਇਸ ਵੇਲੇ 30-40 ਰੁਪਏ ਜਿਹੜਾ ਵਾ ਗਾੜੀ ਬਾਜ਼ਾਰ ਦੇ ਵਿੱਚ ਵਿਚ ਰਿਹਾ। ਇਹੋ ਗੱਲ ਹੀ ਆ, ਜਿੰਨੀਆਂ ਦੁੱਧ ਤੋਂ ਵੀ ਚੀਜ਼ਾਂ ਬਣਦੀਆਂ ਵਾ, ਦੁੱਧ ਵਾਲੀਆਂ ਚੀਜ਼ਾਂ ਵੀ, ਸਾਡਾ ਜਿਹੜਾ ਦੁੱਧ ਆ 30-40 ਰੁਪਏ ਖਰੀਦ ਕੇ 500-500 ਨੂੰ ਜਿਹੜੀ ਆਪਦੀ ਮਠਿਆਈ ਵਿੱਚ ਪਾਊਡਰ ਗਲਤ ਤਰੀਕੇ ਦੇ ਨਾਲ ਉਹਨੂੰ ਬਣਾ ਕੇ ਮਿਲਾਵਟਖੋਰੀ ਕਰਕੇ ਤੇ ਉਹ ਜਿਹੜਾ 500-500 ਰੁਪਈਏ ਨੂੰ ਵੇਚਿਆ, ਜਿਹੜਾ 40 ਰੁਪਏ ਦੀ ਖੰਡ ਵਿੱਚ ਪਾ ਕੇ 35 ਰੁਪਈਏ ਦੀ, ਤੇ 400 ਰੁਪਏ ਜਿਹੜੀ ਆ ਜੋ ਚੀਨੀ ਵੇਚੀ ਜਾ ਰਹੀ ਆ। ਤੇ ਜੇ ਸਾਨੂੰ ਕਿਤੇ ਗੰਨੇ ਦਾ ਪੂਰਾ ਰੇਟ ਦਿੱਤਾ ਜਾਵੇ, ਭਾਅ ਦਿੱਤਾ ਜਾਵੇ, ਬੰਨ ਦਿੱਤਾ ਜਾਵੇ ਸੈਂਟਰ ਸਰਕਾਰ ਵੱਲੋਂ, ਤੇ ਉਹਦਾ ਜਿਹੜਾ ਕੰਟਰੋਲ ਹੋਵੇ ਤੇ ਚੀਨੀ ਜਿਹੜੀ ਆ 25-26 ਰੁਪਏ ਕਿਲੋ ਜਿਹੜੀ ਆ ਖਪਤਕਾਰ ਨੂੰ ਮਿਲ ਸਕਦੀ ਆ। ਕੁਛ ਹੋਰ ਲੋਕ ਵੀ ਮੌਜੂਦ ਨੇ ਬਿਹਾਰ ਤੋਂ, ਇੱਥੋਂ ਤੱਕ ਕਿਸਾਨੀ ਅੰਦੋਲਨ ਦੇ ਵਿੱਚ ਕੂਚ ਕੀਤੀ ਜਾ ਰਹੀ ਆ, ਹਰ ਕੋਈ ਵਿਅਕਤੀ ਇਸ ਦਾ ਸਹਿਯੋਗ ਕਰ ਰਿਹਾ। ਸੁਬਹ ਹਿਮਾਚਲ ਤੋਂ ਵੀ ਲੋਕ ਇੱਥੇ ਆਉਣੇ ਸ਼ੁਰੂ ਹੋਏ ਸੀ, ਗੱਲਬਾਤ ਕਰਦੇ ਆ। ਬਾਈ ਜੀ, ਕਿਆ ਨਾਮ ਹੈ? ਸੁਰੇਸ਼ ਪ੍ਰਸਾਦ, ਭਾਰਤੀ ਕਿਸਾਨ ਵਿਕਾਸ ਯੂਨੀਅਨ ਕੇ ਪ੍ਰਦੇਸ਼ ਸੰਯੋਜਕ, ਬਿਹਾਰ ਸੇ ਜੀ। ਕਿਆ ਲਗਾ, ਕਿਆ ਮਨ ਮੇ ਆਇਆ ਕਿ ਯਹਾਂ ਪੇ ਆ ਕੇ ਸਹਿਯੋਗ ਕਰਨਾ ਚਾਹੀਏ ਕਿਸਾਨ ਅੰਦੋਲਨ ਕਾ? ਜੋ ਇਹ ਮੰਗ ਹੈ ਇਹ ਪੂਰੇ ਭਾਰਤ ਕਾ ਮੰਗ ਹੈ, MSP ਕੀ ਅਗਰ ਗਾਰੰਟੀ ਹੋ ਜਾਤੀ ਹੈ ਤੋ ਪੂਰੇ ਭਾਰਤ ਮੇ ਲਾਗੂ ਹੋਗਾ, ਔਰ ਸਵਾਮੀਨਾਥਨ ਆਯੋਗ ਕਾ ਸਿਫਾਰਿਸ਼ ਲਾਗੂ ਹੋ ਜਾਤਾ ਹੈ, ਇਹ ਪੂਰੇ ਭਾਰਤ ਮੇ ਲਾਗੂ ਹੋਗਾ, ਤੋ ਇਹ ਪੂਰੇ ਭਾਰਤ ਕੇ ਕਿਸਾਨੋਂ ਕੋ ਫਾਇਦਾ ਹੋਗਾ। ਇਸ ਲਈ ਹਮ ਲੋਕ ਵੀ ਸੋਚੇ ਕਿ ਅਗਰ ਸਿੰਧੂ ਸੰਭੂ ਬੋਰਡਰ ਪਰ ਉਨ ਲੋਕ ਕੋ ਅਰੈਸਟ ਕੀਆ ਹੈ, ਮਨੇ ਰੁਕੇ ਹੋਏ, ਤੋ ਹਮ ਵੀ ਜੋ ਹੈ ਹਮ ਲੋਕ 30 ਕੇ ਸੰਖਿਆ ਮੇ ਆ ਰਹੇ ਥੇ, ਲੇਕਿਨ ਹਮ ਲੋਕ ਕੋ ਗਯਾ ਸੇ ਦਿੱਲੀ ਆਨਾ ਥਾ, ਦਿੱਲੀ ਮੇ ਹਮ ਲੋਕ ਕੋ ਅੰਦੋਲਨ ਕਰਨਾ ਥਾ, ਲਕਸ਼ ਥਾ ਕਿ ਸਭੀ ਕੋ ਦਿੱਲੀ ਆਨਾ ਹੈ, ਦਿੱਲੀ ਮੇ ਹਮ ਲੋਗੋ ਕੋ ਸਾਥੀਓ ਕੋ ਅਰੈਸਟ ਕਰ ਲਿਆ, ਹਮ ਲੋਕ ਪੀਛੇ ਮੇ ਥੇ, ਹਮ ਲੋਕ ਪੀਛੇ ਸੇ ਭਾਗ ਆਏ, ਭਾਗਨੇ ਕੇ ਬਾਅਦ ਜਹਾਂ ਵੀ ਪੁਲਿਸ ਪੁੱਛੇ ਹਮ ਕਹਤੇ ਥੇ ਮਜ਼ਦੂਰ ਹਮ ਲੋਗ ਹੈ, ਅੰਮ੍ਰਿਤਸਰ ਆ ਰਹੇ ਮਜ਼ਦੂਰੀ ਕਰਨੇ ਕੇ ਲੀਏ, ਅਗਲੇ ਵਾਰ ਥਾ 30 ਕੀ ਸੰਖਿਆ ਮੇ, ਅਬ ਹੋ ਗਏ 7 ਕੀ ਸੰਖਿਆ ਮੇ, ਤੋ 7 ਮੇ ਸਮਝਾ ਕੇ ਮਜ਼ਦੂਰੀ ਕਰਨੇ ਜਾ ਰਹੇ ਹੈ, ਇਸ ਲਈ ਹਮ ਲੋਕ ਚਲੇ ਆ ਰਾਜਾਪੁਰ ਮੇ, ਰਾਜਪੁਰਾ ਮੇ ਉਤਰ ਕੇ ਆ ਯਹਾਂ ਸੰਭੂ ਬੋਰਡਰ ਪਰ ਚਲੇ ਆਏ 7 ਲੋਗੋ। ਕੈਸਾ ਲੱਗ ਰਿਹਾ ਯਹਾਂ ਪੇ ਆ ਕੇ, ਕਿਉਂਕਿ ਕਿਸਾਨ ਆਪਣੀ ਹੱਕੀ ਮੰਗੋ ਕੋ ਲੇਕਰ ਸੜਕ ਪੇ ਆਇਆ ਹੈ, ਪਹਿਲੇ ਵੀ ਇੱਕ ਅੰਦੋਲਨ ਹੋਇਆ ਥਾ, ਵੋ 3 ਲੋਸ ਕੇ ਲੀਆ ਥਾ, 3 ਕਾਨੂੰਨ ਕੇ ਲੀਏ, ਅਬ MSP ਕੀ ਮੰਗ, ਕ੍ਰੋਪ ਇੰਸ਼ੋਰੈਂਸ ਔਰ ਕਰਜ਼ਾ ਮੁਆਫੀ, ਬਹੁਤ ਸਾਰੀ ਮੰਗੋ ਕੋ ਲੇਕਰ ਇੱਕ ਪ੍ਰੋਟੈਸਟ ਹੋ ਰਿਹਾ, ਉਸਕੋ ਕੈਸੇ ਦੇਖ? ਦੇਖੀਏ, ਕਿਸਾਨ ਕੀ ਹਾਲਤ ਜੋ ਹੈ ਅਭੀ ਬਹੁਤ ਖਰਾਬ ਹੈ, ਔਰ ਸਰਕਾਰ ਜੋ ਹੈ ਇੱਕ ਤਰਫ ਨੌਕਰੀ ਵਾਲਾ ਕਾ ਵੇਤਨ ਬੜਾਤੇ ਜਾ ਰਹਾ, ਅਬ ਇੱਕ ਵਿਧਾਇਕ ਹੈ ਉਹ ਜੋ ਬਾਰ ਜਿੱਤੇਗਾ ਉਤਨਾ ਔਰ ਪੈਨਸ਼ਨ ਲੇਗਾ, ਔਰ ਕਿਸਾਨ ਕਾ ਜੋ ਹੈ ਲਾਗਤ ਵੀ ਨਹੀਂ ਆ ਰਹਾ ਹੈ, ਇਸ ਲਈ ਖੇਤੀ ਛੋੜ ਕੇ ਉਹ ਮਜ਼ਦੂਰ ਬਣਤੇ ਜਾ ਰਹਾ, ਇਸ ਲਈ ਔਰ ਸਭਸੇ ਜ਼ਿਆਦਾ ਬਿਹਾਰ ਕਾ ਹਾਲਤ ਖਰਾਬ ਹੈ, ਤੋ ਬਿਹਾਰ ਕੋ ਸਿੱਖਿਆ ਨਹੀਂ ਮਿਲਤਾ ਹੈ, ਇਸ ਲਈ ਕਿ ਲੜਾਈ ਜੋ ਹੈ ਪੂਰੇ ਭਾਰਤ ਕਾ ਲੜਾਈ ਹੈ, ਸਭ ਕੋ ਸਹਿਯੋਗ ਕਰਨਾ ਚਾਹੀਏ, ਲੇਕਿਨ ਕੋਈ ਕਿਸਾਨ ਜੋ ਹੈ ਸਹਿਯੋਗ ਨਹੀਂ, ਸਿਰਫ ਪੰਜਾਬ, ਅਗਰ ਭਗਤ ਸਿੰਘ ਫਾਂਸੀ ਪਰ ਲੜੇ ਹੈ, ਊਧਮ ਸਿੰਘ ਲੜੇ ਹੈ, ਤੋ ਪੂਰੇ ਦੇਸ਼ ਆਜ਼ਾਦ ਹੁਆ, ਸਿਰਫ ਪੰਜਾਬ ਆਜ਼ਾਦ ਨਹੀਂ ਹੁਆ, ਬਿਹਾਰ UP ਸਭ ਪੂਰੇ, ਅਗਰ MSP ਕੀ ਗਾਰੰਟੀ ਹੋ ਜਾਏਗਾ ਤੋ ਪੂਰੇ ਪੰਜਾਬ ਕਾ ਕਿਸਾਨ ਖੁਸ਼ਹਾਲ ਨਹੀਂ ਹੋਗਾ, ਪੂਰੇ ਦੇਸ਼ ਕਾ ਕਿਸਾਨ ਖੁਸ਼ਹਾਲ ਹੋਗਾ, ਔਰ ਕਿਸਾਨ ਜਬ ਖੁਸ਼ਹਾਲ ਹੋ ਜਾਏਗਾ ਤੋ ਹਮਾਰਾ 75% ਕਾ ਮਾਰਕੀਟਿੰਗ ਜੋ ਹੈ ਕਿਸਾਨ ਪਰ ਹੈ, ਤੋ ਕਿਸਾਨ ਖੁਸ਼ਹਾਲ ਹੋਗਾ ਤੋ ਦੁਕਾਨਦਾਰ ਵੀ ਖੁਸ਼ਹਾਲ ਹੋ ਜਾਏਗਾ, ਬਿਜ਼ਨਸ ਖੁਸ਼ਹਾਲ ਹੋ ਜਾਏ, ਔਰ ਜਬ ਬਿਜ਼ਨਸ ਖੁਸ਼ਹਾਲ ਹੋ ਜਾਏਗਾ ਤੋ ਉਦਯੋਗਪਤੀ ਵੀ ਖੁਸ਼ਹਾਲ ਹੋ ਜਾਏਗਾ, ਔਰ ਉਦਯੋਗਪਤੀ ਵੀ ਹਮਾਰਾ ਖੁਸ਼ਹਾਲ ਹੋਗਾ ਤੋ ਅੰਤਰਰਾਸ਼ਟਰੀ ਮਨੇ ਸਭੀ ਪੂਰਾ ਖੁਸ਼ਹਾਲ ਹੋ ਜਾਏਗਾ, ਅਭੀ ਭਾਰਤ ਬਹੁਤ ਪਿਛੜੇ ਹੋਏ ਹੈ, ਤੋ ਇਸੀ ਲਈ ਹਮ ਲੋਕ ਇੱਕ ਨਏ ਅੰਦੋਲਨ ਮੇ ਜਾਣਾ ਚਾਹੀਏ, ਔਰ ਪੰਜਾਬ ਸੇ ਸਿੱਖ ਲੈਣਾ ਚਾਹੀਏ, ਔਰ ਉਸ ਉਦਾਹਰਣ ਦੇਣਾ ਚਾਹੀਏ ਕਿ ਪੰਜਾਬ ਕਾ ਜੋ ਹਰ ਹਰ ਘਰ ਸੇ ਕਿਸਾਨ, ਹਮ ਲੋਕ ਬਿਹਾਰੀ ਜੋ ਹੈ ਨਹੀਂ ਕਰਤੇ ਅੰਦੋਲਨ, ਇਸੀ ਉਦੇਸ਼ ਸੇ ਹਮ ਲੋਕ ਆਏ ਹੈ।
एक संगठन बनाए हैं भारतीय किसान विकास यूनियन, और हम अपना संगठन चलाते हैं, लेकिन अभी बहुत मजबूत में नहीं है। बिहार का घेराव करते हैं कभी कभी पटना राजधानी को, और दिल्ली पहला बार हम लोग आए थे, लेकिन संजोग से दिल्ली नहीं तो हम लोग आ गए राजपुरा में। तो बहुत दूर 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 दराडिया तो लोग इतने आ रहे हैं किसानी अंदोलन सपोर्ट कर रहे हैं। कहा जा रहा है कि बिहार तो किसानों का एक ग्रुप वालों चाला पाया गया, दिल्ली दे विच रोक दिता गया, पर किसानी प्रति इन्ना प्यार सीगा कि पंजाब दे विच आ के मजदूर कह के पंजाब दे विच आया गया अते किसानी नू किसानी अंदोलन नू सपोर्ट किया गया। कैमरा परसन डिप्पी डोगरा नाल मैं दलजीत सिंह, लिविंग इंडिया न्यूज़ खनौरी। ਕਿਸਾਨ ਅੰਦੋਲਨ ਦੇ ਵਿੱਚ ਵੱਖ ਵੱਖ ਧਿਰਾਂ ਇੱਥੇ ਆ ਕੇ ਸਮਰਥਨ ਕਰ ਰਹੀਆਂ ਨੇ, ਭਾਵੇਂ ਦੂਜੀਆਂ ਕਿਸਾਨ ਯੂਨੀਅਨ ਹੋਣ ਜਾਂ ਵੱਖ ਵੱਖ ਸੂਬਿਆਂ ਤੋਂ ਆ ਕੇ ਲੋਕ ਇਸ ਦੇ ਵਿੱਚ ਸ਼ਾਮਿਲ ਹੋ ਰਹੇ ਨੇ। ਇਸੇ ਸਿਲਸਿਲੇ ਪੰਜਾਬ ਦੇ ਵਿੱਚੋਂ ਇੱਕ BJP ਦੇ ਅਹੁਦੇਦਾਰ ਵੱਲੋਂ ਇੱਕ ਅਸਤੀਫਾ ਦਿੱਤਾ ਗਿਆ ਤਾਂ ਜੋ ਕਿਸਾਨੀ ਦੇ ਉੱਤੇ ਹੋ ਰਹੇ ਜ਼ੁਲਮ ਨੂੰ ਦੇਖਦੇ ਹੋਇਆਂ ਜਿਸ ਤਰੀਕੇ ਨਾਲ ਗੋਲੇ ਦਾਗੇ ਉਸ ਮੁੱਦਿਆਂ ਨੂੰ ਲੈ ਕੇ BJP ਤੋਂ ਅਸਤੀਫਾ ਦਿੱਤਾ। ਸਾਡੇ ਨਾਲ ਸੁਮੇਰ ਸਿੰਘ ਜੀ ਮੌਜੂਦ ਨੇ। ਸੁਮੇਰ ਜੀ, ਕੀ ਕਰ ਰਿਹਾ ਪਹਿਲਾਂ ਤਾਂ BJP ਛੱਡਣ ਦਾ, ਕਿਉਂਕਿ ਕੇਂਦਰ ਦੇ ਵਿੱਚ ਤਾਂ BJP ਹੈਗੀ ਆ, ਉਮੀਦਾਂ ਲੋਕਾਂ ਦੀ ਇਹੀ ਹੈ ਕਿ ਅਗਲੀ ਵਾਰ ਵੀ BJP ਆਉਂਦਾ ਹੈਗਾ, ਐਡੇ ਵੱਡੀ ਪਾਰਟੀ ਛੱਡਣ ਦਾ ਕੀ ਕਰ ਰਿਹਾ? ਦੇਖੋ ਜੀ, ਗੱਲ ਇਹ ਆ ਅੱਗੇ ਨੂੰ ਆਪਣੇ ਕਮਿੰਗ ਜਨਰੇਸ਼ਨ ਨੂੰ ਵੀ ਜਵਾਬ ਦੇਣਾ, ਬੱਚਿਆਂ ਨੂੰ ਵੀ ਜਵਾਬ ਦੇਣਾ ਵੀ ਕਿੱਥੇ ਗਏ ਸੀ, ਕੀ ਹੋਇਆ, ਸਾਡੇ ਪਾਣੀ ਦਾ ਕੀ ਬਣਿਆ। ਦੇਖੋ ਅੱਜ ਟਾਈਮ ਹੈ ਪੰਜਾਬ ਦਾ ਹਰ ਬੰਦਾ ਹਰ ਇਨਸਾਨ ਨੂੰ ਘਰੋਂ ਬਾਹਰ ਨਿਕਲਣ ਲਈ ਤੇ ਪਾਣੀ ਪਿੱਛੇ ਲੜਨ ਦੀ। ਪਾਣੀ ਪਿੱਛੇ ਤਾਂ ਹੀ ਲੜਿਆ ਜਾ ਸਕਦਾ ਜੇ ਤੁਸੀਂ ਇਹਨਾਂ ਫਸਲਾਂ ਨੂੰ ਚੇਂਜ ਕਰਦੇ ਹੋ, ਜੇ ਪੈਡੀ ਐਂਡ ਵੀਟ, ਜੀਰੀ ਤੇ ਕਣਕ, ਜੇ ਇਹ ਸਰਕਲ ਦੇ ਵਿੱਚ ਪੰਜਾਬ 10 ਸਾਲ ਹੋਰ ਰਹਿ ਗਿਆ ਤਾਂ ਇਹ ਧਰਤੀ ਬੰਜਰ ਹੋ ਜਾਊਗੀ, ਤੇ ਇਹ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਜੀ। ਅਸੀਂ ਪਿਆਰ ਕੀਤਾ ਇਸ ਧਰਤੀ ਨੂੰ, ਇਹ ਸਾਡੀ ਮਾਂ ਹੈ ਪਾਣੀ। ਅੱਜ ਸਾਡੀਆਂ ਬਾਣੀਆਂ ਕੀ ਕਹਿੰਦੀਆਂ ਨੇ ਕਿ ਧਰਤੀ ਨੂੰ ਬਚਾਓ, ਪਾਣੀ ਨੂੰ ਬਚਾਓ, ਮਿੱਟੀ ਨੂੰ ਬਚਾਓ। ਜੇ ਅਸੀਂ ਉਹੀ ਬਚਾ ਸਕੇ ਤੇ ਜਿਉਣ ਦਾ ਕੀ ਹੱਕ ਹੈ? ਤਾਂ ਇਸ ਕਰਕੇ ਮੈਂ ਰਿਜ਼ਾਈਨ ਕੀਤਾ ਤੇ ਅੱਜ ਇਹਨਾਂ ਨੂੰ ਉਰੇ ਜੁਆਇਨ ਕੀਤਾ ਸੰਘਰਸ਼ 'ਚ ਆ ਕੇ, ਤੇ ਅਖੀਰ ਤੱਕ ਲੜਾਂਗੇ, ਪੰਜਾਬ ਦੇ ਪਾਣੀ ਪਿੱਛੇ ਲੜਾਂਗੇ। ਮੁੱਦਿਆਂ ਤੇ ਜੇ ਗੱਲ ਕਰੀਏ, ਮੁੱਦਿਆਂ ਨੂੰ ਕਿਵੇਂ ਵੇਖਦੇ ਹੋ? ਕਿਉਂਕਿ ਲਗਾਤਾਰ ਪਹਿਲਾਂ ਵੀ MSP ਨੂੰ ਲੈ ਕੇ ਮੰਗ ਕਰ ਰਿਹਾ ਸੀ ਕਮਿਸ਼ਨ, ਤਾਂ ਭਾਵੇਂ ਸਵਾਮੀਨਾਥਨ ਦਾ 2004 'ਚ ਬਣ ਗਿਆ ਸੀ ਸਰਕਾਰ, ਉਦੋਂ ਕਾਂਗਰਸ ਦੀ ਸੀ, ਉਦੋਂ ਵੀ ਨਹੀਂ MSP ਤੇ ਕੁਛ ਹੋ ਪਾਇਆ। ਹੁਣ ਅਗਲੀ ਸਰਕਾਰ ਆਈ BJP ਆਈ, ਉਹਨਾਂ ਵੱਲੋਂ ਵੀ ਵਾਅਦੇ ਕੀਤੇ ਗਏ ਸਵਾਮੀਨਾਥਨ ਕਮਿਸ਼ਨ ਦੇ, ਤੁਸੀਂ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ? ਕਿ ਲੱਗਦਾ ਕਿ ਹੋਊਗਾ ਲਾਗੂ ਜਾਂ ਇਸ ਦੇ ਆਉਣ ਵਾਲੇ ਸਮੇਂ ਦੇ ਵਿੱਚ ਲਾਗੂ ਹੋਣ ਦੀ ਸੰਭਾਵਨਾ ਹੈ, ਜੇ ਸਰਕਾਰ ਕਰ ਸਕਦੀ ਹੈ? ਦੇਖੋ, ਜੇ ਅਸੀਂ ਚਾਹੀਏ ਕਿ ਆਮ ਇਨਸਾਨ ਚਾਹੂਗਾ, ਲੋਕ ਘਰੋਂ ਨਿਕਲਣਗੇ, ਸਰਕਾਰ ਨੂੰ ਡਾਇਲੋਗ ਤੇ ਲੈ ਕੇ ਆਉਣਗੇ ਤਾਂ ਜ਼ਰੂਰ ਹੋਊਗਾ ਜੀ। MSP ਲੈ ਕੇ ਛੱਡਾਂਗੇ, ਇਹ ਨਹੀਂ ਹੈ ਵੀ ਨਹੀਂ। ਹਾਂ, ਇਹ ਹੈ ਵੀ 23 ਫਸਲਾਂ ਦੇ ਕਿਹਾ ਥੋੜੇ ਘੱਟ ਜਾਣਗੀਆਂ, ਪਰ MSP ਮਿਲੂਗਾ। ਇਹ ਵੀਟ ਤੇ ਪੈਡੀ ਦਾ ਸਰਕਲ ਬੰਦ ਹੋਊਗਾ ਤਾਂ ਹੀ ਸਾਡਾ ਪੰਜਾਬ ਬਚੂਗਾ ਜੀ, ਨਹੀਂ ਤਾਂ ਬਸ ਫਿਰ ਠੀਕ ਹੈ ਜੀ, ਕੈਨੇਡਾ ਦਾ ਜਾ ਹੀ ਰਿਹਾ ਹੈ ਨਾ, ਬਾਕੀ ਜਿਹੜੇ ਰਹਿ ਗਏ ਉਹ ਵੀ ਛੱਡ ਜਾਣ, ਇਹ ਤਾਂ 10 ਸਾਲ ਨੂੰ ਬੰਜਰ ਬਣ ਜਾਣੀ, ਠੀਕ ਹੈ, ਤਾਂ ਫਿਰ ਉਹ ਉਸ ਪਾਸੇ ਨੂੰ ਚੱਲਣਾ ਸ਼ੁਰੂ ਕਰ ਦਈਏ। ਜੇ ਤੁਸੀਂ ਇਹ ਹੋਂਦ ਦੀ ਲੜਾਈ ਹੋ ਗਈ, ਦਿਸ ਇਜ਼ ਡੂ ਔਰ ਡਾਈ, ਜੇ ਹੋਂਦ ਦੀ ਲੜਾਈ ਹੈ ਜੀ। ਹੁਣ ਜੇ ਅੱਜ ਦੇ ਟਾਈਮ ਤੇ ਵੀ ਘਰੋਂ ਨਾ ਨਿਕਲੇ, ਪਾਣੀ ਨੂੰ ਨਾ ਬਚਾਇਆ, ਤਾਂ ਇਹ ਦੇਖ ਲਓ, ਇਹ ਬਿਲਡਿੰਗਾਂ ਸਭ ਕੁਝ, ਇਹ ਬੜੇ ਵੱਡੇ ਵੱਡੇ ਸ਼ਹਿਰ ਖਤਮ ਹੋ ਜਾਣੇ ਜੀ, ਸਾਰੇ ਵਰਲਡਵਾਈਡ ਐਗਜ਼ਾਮਪਲਸ ਪਈਆਂ ਜਿੱਥੇ ਸਾਰਾ ਕੁਝ ਹੋਇਆ। ਤਾਂ ਜੇ ਉਰੇ ਵੀ ਪਾਣੀ ਹੈ ਉਹ ਖਤਮ ਹੋ ਗਿਆ ਤਾਂ ਮੈਨੂੰ ਲੱਗਦਾ ਜੀ ਡੂ ਔਰ ਡਾਈ ਹੈ ਜੀ, ਹੁਣ ਤਾਂ ਇਹ ਕੋਈ ਸੈਕਿੰਡ ਥਾਟ ਨਹੀਂ ਹੈ ਸਾਡੇ ਕੋਲ। ਜਿਹੜੀ ਗੱਲ ਕਰ ਰਹੇ ਹੋ ਡਾਇਵਰਸਿਫਿਕੇਸ਼ਨ ਦੇ ਵੱਲ, ਫਸਲੀ ਵਿਭਿੰਨਤਾ ਦੇ ਵੱਲ ਜੇ ਗੱਲ ਕਰੀਏ ਤਾਂ ਕਹਿੰਦੇ ਉੱਧਰ ਵਧਣਾ ਚਾਹੀਦਾ, ਦੂਜੇ ਪਾਸੇ ਸਹੀ ਮੁੱਲ ਨਾ ਮਿਲਣ ਕਰਕੇ ਕਿਸਾਨ ਉੱਧਰ ਨਹੀਂ ਜਾ ਪਾਉਂਦਾ, ਇਸੇ ਕਰਕੇ ਦੋ ਫਸਲਾਂ 'ਤੇ ਨਿਰਭਰ ਹੀ ਰਹਿ ਜਾਂਦਾ। ਕਿਵੇਂ ਵੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਨਾ MSP ਮਿਲੀ ਬਾਕੀ ਫਸਲਾਂ ਦੇ ਉੱਤੇ, ਪਾਣੀ ਡੂੰਘੇ ਹੋ ਗਏ ਜਿਸ ਤਰੀਕੇ ਨਾਲ ਬੋਰਾਂ ਦੇ ਨਾਲ 6-6 ਫੁੱਟ ਪਾਣੀ ਡੂੰਘੇ ਹੋ ਚੁੱਕੇ, ਰੋਪੜ ਵਾਲੀ ਸਾਈਡ ਤਾਂ ਬਿਲਕੁਲ ਹੀ ਖਤਮ ਹੋ ਚੁੱਕਿਆ, ਇਸ ਚੀਜ਼ ਨੂੰ ਕਿਵੇਂ ਵੇਖ ਰਹੇ ਹੋ ਤੁਸੀਂ ਪਾਣੀ ਨੂੰ ਲੈ ਕੇ?
ਦੇਖੋ ਮੈਂ ਪਾਣੀ 'ਤੇ ਹੀ PhD ਕੀਤੀ ਹੈ, ਠੀਕ ਹੈ, ਅੰਡਰਗਰਾਊਂਡ ਵਾਟਰ ਪੋਲਿਊਸ਼ਨ 'ਤੇ ਮੈਨੂੰ ਪਤਾ ਹੈ ਜਿੰਨਾ ਕੁ ਹੈ ਉਹ ਕਿੰਨਾ ਗੰਦਲਾ ਹੋ ਚੁੱਕਿਆ, ਉਹ 'ਚ ਕਿਹੋ ਜਿਹੇ ਕੈਮੀਕਲ ਮਿਲ ਚੁੱਕੇ ਹੈ ਨਾ। ਸਭ ਤੋਂ ਜ਼ਿਆਦਾ ਸਪਰੇਅ ਪੰਜਾਬ ਯੂਜ਼ ਕਰ ਰਿਹਾ, ਕਿਉਂ ਕਰ ਰਿਹਾ? ਉਹ ਗਵਰਨਮੈਂਟ ਕਰਾਉਂਦੀ ਆ ਨਾ ਜੀ, ਅਸੀਂ ਆਪ ਨਹੀਂ ਕਰਦੇ। ਉਹ ਚੀਜ਼ ਜਿਹੜੀ ਹੌਲੀ 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 ਸਾਡੀ ਮਿੱਟੀ ਵੀ ਟੌਕਸਿਕ ਕਰਾਤੀ, ਪਾਣੀ ਖਤਮ ਕਰਾਤੇ। ਤਾਂ ਅੱਜ ਦੇਖੋ ਸਿੱਧੀ ਮੈਂ ਰਿਪੀਟ ਗੱਲ ਉਹੀ ਕਰੂੰਗਾ, ਜੇ ਉਹ ਫਸਲਾਂ ਦਾ ਸਰਕਲ ਨਹੀਂ ਚੇਂਜ ਕਰਦੇ ਜਾਂ ਤੁਸੀਂ ਅੱਜ ਘਰੋਂ ਨਿਕਲ ਕੇ ਪਾਣੀ ਪਿੱਛੇ ਨਹੀਂ ਲੜਦੇ ਤਾਂ ਬੱਚਿਆਂ ਨੂੰ ਕੀ ਜਵਾਬ ਦਓਗੇ ਜੀ? ਖਤਮ ਹੋ ਜਾਊਗਾ ਸਿਸਟਮ ਸਿੱਧੀ। ਅਸਤੀਫਾ ਦੇ ਪੂਰਨ ਤੌਰ? ਹਾਂਜੀ, ਪੂਰੇ ਤੌਰ 'ਤੇ ਦਿੱਤਾ ਜੀ, ਮੇਰਾ ਕੋਈ ਕੰਸਰਨ ਨਹੀਂ। ਸਮਰਥਨ ਕਰੋਗੇ ਆਉਣ ਵਾਲੇ ਸਮੇਂ ਦੇ ਵਿੱਚ? ਹੁਣ ਤੁਸੀਂ ਅੰਦੋਲਨ 'ਚ ਆਏ ਹੋ, ਸਮਰਥਨ ਕਿੰਨਾ ਰਹੂਗਾ? ਕਿ ਕਿਸਾਨ ਸਮਰਥਨ ਰਹੂਗਾ ਜਾਂ ਕਿਸੇ ਹੋਰ ਧਿਰ ਨੂੰ ਸਮਰਥਨ? ਨਹੀਂ ਜੀ, ਮੇਰਾ ਪੰਜਾਬ ਨੂੰ ਸਮਰਥਨ ਹੈ। ਪੰਜਾਬ ਬਚਾਵਾਂਗੇ, ਉਹ ਇਕੱਲਾ ਕਿਸਾਨ ਨੇ ਨਹੀਂ ਬਚਾਉਣਾ, ਉਹ ਪੰਜਾਬੀ ਨੇ ਬਚਾਉਣਾ। ਹਰ ਦੁਕਾਨਦਾਰ ਵੀ ਪੰਜਾਬੀ ਹੈ ਜੀ, ਹਰ ਦੁਕਾਨਦਾਰ ਵੀ ਕਿਸਾਨ ਹੈ, ਹਰ ਕਿਸਾਨ ਦਾ ਕਿਸਾਨ ਹੈਗਾ ਹੀ ਹੈ। ਮਿੱਟੀ ਨਾਲ ਰਿਲੇਟਡ ਹੈ ਕਿਸਾਨ, ਬਾਕੀ ਮਿੱਟੀ ਨਾਲ ਨਹੀਂ ਰਿਲੇਟਡ, ਪਰ ਇੰਡਸਟਰੀ ਨਾਲ ਰਿਲੇਟਡ ਹੈ ਨਾ ਜੀ। ਕਿਸਾਨ ਕੋਲ ਪੈਸਾ ਆਊਗਾ ਤਾਂ ਹੀ ਜਾ ਕੇ ਕੱਪੜੇ ਖਰੀਦੂਗਾ ਜੀ, ਠੀਕ ਹੈ, ਇੰਡਸਟਰੀ ਲੱਗੂਗੀ, ਹਰ ਚੀਜ਼ ਹੋਊਗਾ। ਸੈਕਿੰਡ, ਸਭ ਤੋਂ ਇੰਪੋਰਟੈਂਟ ਚੀਜ਼ ਇਹ ਜ਼ਰੂਰ ਨੋਟ ਕਰੋ, ਇਹ ਪਹਿਲਾ ਮੁੱਦਾ ਪਾਣੀ ਦਾ। ਉਸ ਤੋਂ ਬਾਅਦ ਮੁੱਦਾ ਜੋ ਅਸੀਂ ਚੱਕਾਂਗੇ ਉਹ ਇਹ ਚੱਕਾਂਗੇ ਕਿ ਜਿੰਨੇ ਹਾਈਵੇ ਤੁਸੀਂ ਪੰਜਾਬ ਦੇ ਵਿੱਚੋਂ ਕੱਢ ਰਹੇ ਹੋ ਉਹਦੇ 'ਚੋਂ ਪੰਜਾਬ ਨੂੰ ਐਂਟਰੀ ਅਤੇ ਐਗਜ਼ਿਟ ਨਹੀਂ ਦੇ ਰਹੇ। 100-100 ਕਿਲੋਮੀਟਰ ਦੂਰ ਬਾਅਦ ਐਗਜ਼ਿਟ ਹੈ, ਐਂਟਰੀ ਹੈ, ਸਾਨੂੰ ਉਹ 'ਚ ਵੀ ਚਾਹੀਦਾ। ਹਰ 20 ਕਿਲੋਮੀਟਰ ਬਾਅਦ ਸਾਨੂੰ ਐਗਜ਼ਿਟ ਚਾਹੀਦਾ, ਹਰ 20 ਕਿਲੋਮੀਟਰ ਬਾਅਦ ਸਾਨੂੰ ਐਂਟਰੀ ਚਾਹੀਦੀ ਆ, ਤਾਂ ਜੋ ਉਹ ਹਾਈਵੇ ਦਾ ਫਾਇਦਾ ਪੰਜਾਬ ਨੂੰ ਹੋ ਸਕੇ। ਸਾਡੀ ਜ਼ਮੀਨਾਂ 'ਚੋਂ ਹਾਈਵੇ ਨਿਕਲਣਗੇ ਅਤੇ ਜਾ ਕੇ ਅੱਗੇ ਮਤਲਬ ਫਾਇਦਾ ਅੱਗੇ ਜਾ ਕੇ ਹੋਊਗਾ, ਉਹ ਚੀਜ਼ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਵੱਡੇ ਮੁੱਦੇ ਨਾਲ ਨਾਲ ਕਿਸਾਨੀ ਦੇ ਸੰਬੰਧਿਤ ਰੇਜ਼ ਕੀਤੇ ਨੇ, ਭਾਵੇਂ ਹਾਈਵੇਜ਼ ਦਾ ਹੋਵੇ, ਉਹਨਾਂ ਦੇ ਕੱਟ ਨੂੰ ਲੈ ਕੇ। ਇਹਨਾਂ ਵੱਲੋਂ ਦੱਸਿਆ ਗਿਆ ਕਿ ਅੰਦੋਲਨ ਕਰਕੇ, ਜੋ ਅੰਦੋਲਨ ਕਿਸਾਨਾਂ ਦਾ ਹੋ ਰਿਹਾ, ਅਗਲੀ ਪੀੜ੍ਹੀ ਨੂੰ ਕੀ ਜਵਾਬ ਦੇਵਾਂਗੇ? ਇਸ ਕਰਕੇ ਭਾਰਤੀ ਜਨਤਾ ਪਾਰਟੀ ਤੋਂ ਅਸਤੀਫਾ ਦਿੱਤੇ। ਕੈਮਰਾ ਪਰਸਨ DP ਡੋਗਰਾ ਨਾਲ ਮੈਂ ਦਲਜੀਤ ਸਿੰਘ, ਲਿਵਿੰਗ ਇੰਡੀਆ ਨਿਊਜ਼, ਸ਼ੰਭੂ ਬਾਰਡਰ।